ਆਣੇ ਕੀਤਾ ਹੈਗਾ ਸਰੀਰ ਵਿੱਚ ਗਤੀ ਚੈਪਟਰ ਕੀਤਾ ਤੁਸੀਂ ਹਾਂਜੀ ਸਰੀਰ ਵਿੱਚ ਗਤੀ ਕਰ ਲਈ ਕੀ ਕੁਝ ਇਹਨਾਂ ਦਾ ਸਰੀਰ ਨੂੰ ਗਤੀ ਕਰਨ ਦੇ ਲਈ ਹੱਡੀਆਂ ਤੇ ਮਾਸਪੇਸ਼ੀਆਂ ਠੀਕ ਹੈ ਹੁਣ ਕੀ ਆਪਣਾ ਸਰੀਰ ਕੱਲੀਆਂ ਹੱਡੀਆਂ ਨਾਲ ਗਤੀ ਕਰ ਸਕਦਾ ਨਹੀਂ ਜੀ ਹੋਰ ਕੀ ਚਾਹੀਦਾ ਉਹਨੂੰ ਮਾਸਪੇਸ਼ੀਆਂ ਕੱਲੀਆਂ ਮਾਸਪੇਸ਼ੀਆਂ ਤੇ ਹੱਡੀਆਂ ਨਾਲ ਗਤੀ ਕਰ ਲੂ ਜੋੜ ਠੀਕ ਹੈ ਨਾ ਤਾਂ ਸਾਡੇ ਸਰੀਰ ਦੇ ਵਿੱਚ ਸਾਡਾ ਸਰੀਰ ਕਾਹਦਾ ਬਣਿਆ ਹੱਡੀਆਂ ਦਾ ਢਾਂਚਾ ਬਣਿਆ ਹੋਇਆ ਤੇ ਹੁਣ ਜੇ ਹੱਡੀਆਂ ਦੇ ਵਿੱਚ ਜੋੜ ਨਾ ਹੋਣ ਫਿਰ ਆਪਾਂ ਗਤੀ ਨਹੀਂ ਕਰ ਸਕਦੇ ਹੁਣ ਸਾਡੇ ਸਰੀਰ ਨੂੰ ਗਤੀ ਕਰਨ ਦੇ ਲਈ ਦੇਖੋ ਆਹ ਗੋਡਾ ਹੈਗਾ ਆਪਣਾ ਠੀਕ ਹੈ ਗੋਡੇ ਤੋਂ ਜੋੜ ਹੈਗਾ ਠੀਕ ਹੈ ਬਾਹਾਂ ਨੇ ਬਾਹਾਂ ਤੋਂ ਜੋੜ ਹੈ ਠੀਕ ਹੈ ਹੱਥਾਂ 'ਚ ਜੋੜ ਨੇ ਤਾਂ ਹੀ ਆਪਾਂ ਆਪਣੇ ਹੱਥ ਹਿਲਾ ਸਕਦੇ ਹਾਂਗੇ ਠੀਕ ਹੈ ਬਾਹਾਂ ਹਿਲਾ ਸਕਦੇ ਐਵੇਂ ਆਹ ਦੇਖੋ ਆਹ ਬਾਹਾਂ ਹਿਲਦੀ ਗਈ ਠੀਕ ਹੈ ਤਾਂ ਸਰੀਰ ਨੂੰ ਗਤੀ ਕਰਨ ਦੇ ਲਈ ਵੱਖ ਵੱਖ ਤਰ੍ਹਾਂ ਦੇ ਜੋੜ ਨੇ ਸਾਡੇ ਸਰੀਰ ਦੇ ਵਿੱਚ ਠੀਕ ਹੈ ਤਾਂ ਜੋੜ ਨੇ ਹੱਡੀਆਂ ਨੇ ਅਤੇ ਨਾਲ ਕੀ ਨੇਗੇ ਮਾਸਪੇਸ਼ੀਆਂ ਹੁਣ ਜੇ ਆਪਣੇ ਇਕੱਲੀਆਂ ਹੱਡੀਆਂ ਅਤੇ ਇਕੱਲੇ ਜੋੜ ਹੋਣ ਫਿਰ ਵੀ ਆਪਣਾ ਸਰੀਰ ਗਤੀ ਨਹੀਂ ਕਰ ਸਕਦਾ ਹੁਣ ਦੇਖੋ ਹੁਣ ਮੈਂ ਕਹਿੰਦਾ ਇੱਥੇ ਮੈਂ ਆਪਣੀ ਬਾਂਹ ਨੂੰ ਚੱਕਣਾ ਚਾਹੁੰਦਾ ਫਿਰ ਮੈਂ ਮੇਰੀਆਂ ਮਾਸਪੇਸ਼ੀਆਂ ਖਿੱਚੀਆਂ ਜਾਂਦੀਆਂ ਤਾਂ ਬਾਂਹ ਚੱਕੀ ਜਾਂਦੀ ਹੈ ਮਾਸਪੇਸ਼ੀਆਂ ਮੇਰੀਆਂ ਢਿੱਲੀਆਂ ਛੱਡ ਦਿੰਦਾ ਤਾਂ ਬਾਂਹ ਥੱਲੇ ਆ ਜਾਂਦੀ ਹੈ ਠੀਕ ਹੈ ਇਸੇ ਤਰ੍ਹਾਂ ਜਿਹੜੀਆਂ ਮਾਸਪੇਸ਼ੀਆਂ ਨੇ ਇਹ ਸਾਡੀਆਂ ਹੱਡੀਆਂ ਦੇ ਨਾਲ ਜੁੜੀਆਂ ਹੁੰਦੀਆਂ ਨੇ ਠੀਕ ਹੈ ਮਾਸਪੇਸ਼ੀਆਂ ਹੱਡੀਆਂ ਨਾਲ ਜੁੜੀਆਂ ਨੇ ਕਾਹਦੇ ਨਾਲ ਜੁੜੀਆਂ ਨੇ ਟੰਡਨ ਦੇ ਨਾਲ ਦੋ ਹੱਡੀਆਂ ਆਪਸ 'ਚ ਜੁੜੀਆਂ ਨੇ ਇਹ ਜਿੱਥੇ ਦੋ ਹੱਡੀਆਂ ਆਪਸ 'ਚ ਜੁੜੀਆਂ ਨੇ ਉਹਨੂੰ ਕੀ ਕਹਿੰਦੇ ਆਪਾਂ ਲਿਗਾਮੈਂਟ ਲਿਗਾਮੈਂਟ ਨਾਲ ਹੱਡੀਆਂ ਆਪਸ ਦੇ ਵਿੱਚ ਲਿਗਾਮੈਂਟ ਨਾਲ ਜੁੜੀਆਂ ਨੇ ਮਾਸਪੇਸ਼ੀਆਂ ਅਤੇ ਹੱਡੀਆਂ ਨੇ ਜਿਹੜੀਆਂ ਇਹ ਆਪਸ ਦੇ ਵਿੱਚ ਟੰਡਨ ਨਾਲ ਜੁੜੀਆਂ ਨੇ ਠੀਕ ਹੈ ਨਰਮ ਟਿਸ਼ੂ ਨਾਲ ਜੁੜੀਆਂ ਨੇ ਤਾਂ ਇਸ ਤਰ੍ਹਾਂ ਕੀ ਹੈਗਾ ਆਪਣਾ ਹੁਣ ਦੇਖੋ ਹੁਣ ਆਪਣਾ ਤਾਂ ਮੋੜਨਾ ਹੈਗਾ ਠੀਕ ਹੈ ਹੁਣ ਜੇ ਉਹਦੇ ਮਾਸਪੇਸ਼ੀਆਂ ਲੱਗੀਆਂ ਹੋਣਗੀਆਂ ਤਾਂ ਮਾਸਪੇਸ਼ੀਆਂ ਨੂੰ ਖਿੱਚੀਆਂ ਜਾਣਗੀਆਂ ਤਾਂ ਇਹ ਤਾਹਾਂ ਨੂੰ ਹੋ ਜੂਗਾ ਜੋ ਹੱਥ ਜਾਂ ਮਾਸਪੇਸ਼ੀਆਂ ਢਿੱਲੀ ਛੱਡ ਦਾਂਗੇ ਤਾਂ ਹੱਥ ਨੀਚੇ ਵਾਲਾ ਠੀਕ ਹੈ ਹੁਣ ਆਹ ਮੇਰਾ ਹੱਥ ਹੈ ਹੁਣ ਜੇ ਆਹ ਮੇਰੀ ਮਾਸਪੇਸ਼ੀਆਂ ਖਿੱਚੀਆਂ ਗਈਆਂ ਠੀਕ ਹੈ ਹੱਥ ਤਾਹਾਂ ਚੱਕਿਆ ਗਿਆ ਮਾਸਪੇਸ਼ੀਆਂ ਢਿੱਲੀਆਂ ਛੱਡ ਦੀਆਂ ਤਾਂ ਹੱਥ ਨੀਚੇ ਆ ਗਿਆ ਠੀਕ ਹੈ ਹੁਣ ਤੁਹਾਨੂੰ ਇੱਕ ਚੀਜ਼ ਹੋਰ ਲੈ ਕੇ ਦਿਖਾਉਣਾ ਮੈਂ ਲਿਖਣਾ ਹਾਂਜੀ ਆਹ ਕੀ ਚੀਜ਼ ਹੈ ਇਹ ਆਪਣਾ ਹੱਥ ਹੈ ਨਾ ਠੀਕ ਹੈ ਹੁਣ ਆਪਣੇ ਹੱਥ ਦੇ ਵਿੱਚ ਦੇਖੋ ਜੋੜ ਹੈ ਜੇ ਉਹਦੇ ਜੋੜ ਨਾ ਹੁੰਦਾ ਫਿਰ ਆਪਣਾ ਹੱਥ ਸਿੱਧਾ ਰਹਿ ਜਾਂਦਾ ਠੀਕ ਹੈ ਹੁਣ ਆਪ ਹੱਥ ਦੇ ਵਿੱਚ ਜੋੜ ਹੈ ਦੇਖੋ ਐਂ ਹੱਲਦਾ ਤਾਂ ਜਿਹੜਾ ਜੋੜ ਆਪਣੇ ਹੱਥ ਦੇ ਵਿੱਚ ਹੈ ਜਾਂ ਕੂਹਣੀ ਦੇ ਵਿੱਚ ਜਿਹੜਾ ਜੋੜ ਹੈ ਉਰੇ ਜਿਹੜਾ ਜੋੜ ਆਪਣੀ ਆ ਕੂਹਣੀ ਦੇ ਵਿੱਚ ਹੈਗਾ ਉਹ ਜੋੜ ਕਿਹੜਾ ਹੈਗਾ ਕਿਹੜਾ ਜੋੜ ਕਹਿੰਦੇ ਨੂੰ ਕਬਜ਼ੇਦਾਰ ਜੋੜ ਠੀਕ ਹੈ ਤੁਸੀਂ ਪੜ੍ਹਿਆ ਨਾ ਕਬਜ਼ੇਦਾਰ ਜੋੜ ਤਾਂ ਕਬਜ਼ੇਦਾਰ ਜੋੜ ਹੋਣ ਕਰਕੇ ਆਪਣਾ ਹੱਥ ਹੈ ਜਿਹੜਾ ਉਹ ਉੱਪਰ ਅਤੇ ਹੇਠਾਂ ਇੰਨਾ ਕੁ ਚੱਲ ਸਕਦਾ ਜਿਵੇਂ ਗੇਟ ਦਾ ਕਬਜ਼ਾ ਹੁੰਦਾ ਨਾ ਤਾਂ ਕਬਜ਼ੇ ਦੇ ਨਾਲ ਆਪਾਂ ਉੱਪਰ ਗੇਟ ਨੂੰ ਬੰਦ ਕਰ ਸਕਦੇ ਖੋਲ੍ਹ ਸਕਦੇ ਇੰਨਾ ਕੀ ਕਰ ਸਕਦੇ ਇਸੇ ਤਰ੍ਹਾਂ ਹੀ ਆਪਣੀ ਬਾਂਹ ਦੇ ਵਿੱਚ ਜਿਹੜਾ ਜੋੜ ਹੈ ਉਹ ਕਿਹੜਾ ਜੋੜ ਹੈ ਕਬਜ਼ੇਦਾਰ ਠੀਕ ਹੈ ਹੁਣ ਦੇਖੋ ਜਿਵੇਂ ਆਹ ਬਾਂਹ ਮੈਨੂੰ ਬਣਾਈ ਹੈਗੀ ਇਹ ਬਾਂਹ ਦੇ ਜੇ ਆਪਾਂ ਪਿੱਛੋਂ ਦੇਖੀਏ ਇਹਦੇ ਕਬਜ਼ੇ ਲਗਾ ਰੱਖਿਆ ਤੁਹਾਨੂੰ ਸਮਝਾਉਣ ਦੇ ਲਈ ਕਬਜ਼ਾ ਲੱਗਿਆ ਨਾ ਗੇਟ ਵਾਲਾ ਕਬਜ਼ਾ ਤਾਂ ਹੁਣ ਦੇਖੋ ਹੁਣ ਜਿਵੇਂ ਆਹ ਬਾਂਹ ਹੈਗੀ ਆਪਣੀ ਇਹਨੂੰ ਜਾਂ ਮੋੜਨਾ ਹੋਵੇ ਐਂ ਮੋੜੂੰਗਾ ਹਾਂਜੀ ਠੀਕ ਹੈ ਅਤੇ ਫਿਰ ਇਹਨੂੰ ਵਾਪਸ ਫੇਰ ਤਾਂ ਇਹ ਬਾਂਹ ਜੇ ਉੱਪਰ ਨੀਚੇ ਹੋ ਸਕਦੀ ਹੈ ਹੈ ਨਾ ਤਾਂ ਇਹ ਉਰੇ ਕਿਹੜਾ ਜੋੜ ਆਪਣਾ ਕਬਜ਼ੇਦਾਰ ਠੀਕ ਹੈ ਹੋਰ ਕਬਜ਼ੇਦਾਰ ਜੋੜ ਕਿੱਥੇ ਹੁੰਦਾ ਵੀ ਆਪਣੇ ਗੋਡੇ ਚ ਹੋ ਸਕਦਾ ਕਬਜ਼ਾ ਜੋੜ ਹਾਂ ਗੋਡਾ ਆਪਣਾ ਦੇਖੋ ਇਸ ਤਰ੍ਹਾਂ ਹੀ ਹੁੰਦਾ ਠੀਕ ਹੈ ਤਾਂ ਗੋਡੇ ਦੇ ਵਿੱਚ ਵੀ ਕਿਹੜਾ ਜੋੜ ਹੈ ਕਬਜ਼ੇਦਾਰ ਜੋੜ ਅੱਛਾ ਆਪਣੀ ਬਾਂਹ 'ਚ ਉਰੇ ਕਿਹੜਾ ਜੋੜ ਹੈ ਹਾਂ ਗੇਂਦ ਗੁੱਤੀ ਜੋੜ ਤਾਂ ਗੇਂਦ ਗੁੱਤੀ ਜੋੜ ਹੈ ਜਿਹੜਾ ਇਹ ਆਪਣੇ ਮੋਢਿਆਂ 'ਚ ਹੁੰਦਾ ਠੀਕ ਹੈ ਗੇਂਦ ਗੁੱਤੀ ਜੋੜ ਦੀ ਸਹਾਇਤਾ ਦੇ ਨਾਲ ਆਪਾਂ ਆਪਣੀ ਬਾਂਹ ਨੂੰ ਕਿਸੇ ਪਾਸੇ ਵੀ ਮੋੜ ਸਕਦੇ ਹਾਂ ਠੀਕ ਹੈ ਜਿਵੇਂ ਆ ਮੇਰੀ ਬਾਂਹ ਇੱਥੇ ਗੇਂਦ ਗੁੱਤੀ ਜੋੜ ਹੈ ਐਸਾ ਬਾਂਹ ਇੱਧਰ ਵੀ ਕਰ ਸਕਦੇ ਆਪਾਂ ਇੱਧਰ ਵੀ ਕਰ ਸਕਦੇ ਹਾਂ 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 ਘੁਮਾ ਵੀ ਸਕਦੇ ਹਾਂ ਠੀਕ ਹੈ ਤਾਂ ਜਿਹੜਾ ਇਸ ਤਰ੍ਹਾਂ ਦਾ ਜੋੜ ਹੈ ਜਿਹਦੀ ਸਹਾਇਤਾ ਨਾਲ ਆਪਾਂ ਸਾਰੇ ਪਾਸੇ ਆਪਣੇ ਹੱਥ ਪੈਰ ਹਿਲਾ ਸਕਦੇ ਹਾਂ ਉਸ ਜੋੜ ਨੂੰ ਕੀ ਕਹਿੰਦੇ ਹੈਗਾ ਗੇਂਦ ਗੁੱਤੀ ਜੋੜ ਠੀਕ ਹੈ ਇੱਕ ਉਹਦੇ ਨੇ ਸਥਿਰ ਜੋੜ ਕਿੱਥੇ ਨੇ ਆਪਣੀ ਉਰੇ ਆਪਣਾ ਸਥਿਰ ਜੋੜ ਹੈਗਾ ਠੀਕ ਹੈ ਸਿਰ ਪਾ ਜਿਹੜਾ ਹੇਠਲਾ ਜਮਾੜਾ ਹੈਗਾ ਆਪਣਾ ਇਹ ਹਲਦਾ ਹੈਗਾ ਬਾਕੀ ਆਹ ਸਾਰਾ ਜੋੜ ਨੇ ਜਿਹੜੇ ਆਪਣੇ ਕਿਹੜੇ ਹੈਗਾ ਸਥਿਰ ਜੋੜ ਠੀਕ ਹੈ ਜੀ ਹੋਰ ਇਹ ਆਪਣਾ ਪਿੱਛੇ ਜਿਹੜਾ ਹੈਗਾ ਗਾਹਾਂ ਇਹ ਆਪਣੀ ਰੀੜ੍ਹ ਦੀ ਹੱਡੀਆਂ ਨੇ ਠੀਕ ਹੈ ਰੀੜ੍ਹ ਦੀ ਹੱਡੀ ਅੱਡ ਅੱਡ ਹੱਡੀਆਂ ਤੋਂ ਮਿਲ ਕੇ ਬਣੀ ਹੈਗੀ ਰੀੜ੍ਹ ਦੀ ਹੱਡੀ ਠੀਕ ਹੈ ਤਾਂ ਹੋਰ ਕੀ ਨੇ ਇਹ ਆਪਣੀਆਂ ਰਿਬਸ ਨੇ ਕੀ ਨੇ ਆਪਣੀਆਂ ਰਿਬਸ ਇਹਨਾਂ ਦਾ ਕੀ ਕੰਮ ਹੈ ਜਿਹੜੇ ਆਪਣੇ ਨਾਜ਼ੁਕ ਅੰਗ ਨੇ ਆਪਣਾ ਦਿਲ ਹੋ ਗਿਆ ਫੇਫੜੇ ਹੋ ਗਿਆ ਨਾ ਉਹਨਾਂ ਨੂੰ ਇਹ ਸੁਰੱਖਿਅਤ ਕਰਨ ਦੇ ਲਈ ਇਹ ਜਿਹੜੇ ਹੈਗੇ ਨੇ ਆਪਣੀਆਂ ਰਿਬਸ ਨੇਗੀਆਂ ਠੀਕ ਹੈ ਇਹ ਕੰਮ ਕਰਦੀਆਂ ਠੀਕ ਹੈ ਇਹ ਆਪਣੇ ਦਿਲ ਅਤੇ ਫੇਫੜਿਆਂ ਨੂੰ ਕੀ ਹੈਗੀ ਬਚਾ ਕੇ ਰੱਖਦੀਆਂ ਨੇ ਠੀਕ ਹੈ
ਤੇ ਸਭ ਤੋਂ ਲੰਬੀ ਹੱਡੀ ਹੈ ਜਿਹੜੀ ਉਹ ਹੁੰਦੀ ਉਹ ਕਿਹੜੀ ਹੁੰਦੀ ਹੈ ਫੀਮਰ ਠੀਕ ਹੈ ਫੀਮਰ ਸਭ ਤੋਂ ਲੰਬੀ ਹੱਡੀ ਹੁੰਦੀ ਹੈ ਆਪਣੀ ਉਹ ਪੱਟ ਦੀ ਹੱਡੀ ਕਹਿੰਦੇ ਨੇ ਆਪਾਂ ਠੀਕ ਹੈ ਉਹ ਹੁੰਦੀ ਹੈ ਫੀਮਰ ਠੀਕ ਹੈ ਜਿਹਨੂੰ ਪੱਟ ਦੀ ਹੱਡੀ ਕਹਿੰਦੇ ਨੇ ਹੈਗੇ ਇੱਕ ਤੁਸੀਂ ਪੜਿਆ ਹੋਣਾ ਕਾਰਟਿਲੇਜ ਬਾਰੇ ਠੀਕ ਹੈ ਕਾਰਟਿਲੇਜ ਕਿਹੜੀ ਹੁੰਦੀ ਹੈ ਕਾਰਟਿਲੇਜ ਹੁੰਦੀ ਹੈ ਨਰਮ ਹੱਡੀ ਜਿਵੇਂ ਤੁਸੀਂ ਕੰਨ ਦੇਖੋ ਆਪਣਾ ਦੱਬ ਕੇ ਕੰਨ ਦੱਬੇ ਨਾ ਤੁਹਾਡਾ ਹੋਰ ਇਹ ਖੜਾ ਵੀ ਮਾੜਾ ਖੜਦਾ ਉਹ ਇਹਦੇ ਪਰ ਆ ਜਾਓ ਹੁਣ ਦੇਖੋ ਕੰਨ ਦੇ ਵਿੱਚ ਜਿਹੜੀ ਹੱਡੀ ਹੁੰਦੀ ਹੈ ਠੀਕ ਹੈ ਹੁਣ ਆ ਦੇਖੋ ਇਹਦਾ ਕੰਨ ਹੈ ਨਾ ਇਹਨੂੰ ਮੈਂ ਮਰੋੜਦਾ ਕੰਨ ਨੂੰ ਦੱਬਿਆ ਗਿਆ ਨਾ ਕੰਨ ਖੜਦਾ ਛੱਡਿਆ ਗਿਆ ਫਿਰ ਦੱਬਾ ਦੱਬਤਾ ਤਾਂ ਇਹ ਕਾਰਟਿਲੇਜ ਕਿਤੇ ਲਚਕੀਲੀ ਹੱਡੀ ਹੁੰਦੀ ਹੈ ਠੀਕ ਹੈ ਆਪਾਂ ਕੰਨ ਕੰਨ ਦੇ ਵਿੱਚ ਕਾਰਟਿਲੇਜ ਆਪਣੀ ਇਹਨੂੰ ਦੱਬਾਂਗੇ ਛੱਡਾਂਗੇ ਵਾਪਸ ਉੱਥੇ ਹੀ ਆ ਜਾਣੀ ਹੈ ਠੀਕ ਹੈ ਤਾਂ ਜਿਹੜੀ ਹੱਡੀ ਲਚਕੀਲਾਪਨ ਹੈ ਜਿਹੜੀ ਹੱਡੀ ਦੇ ਵਿੱਚ ਉਹ ਕਿਹੜੀ ਹੁੰਦੀ ਹੈ ਕਾਰਟਿਲੇਜ ਠੀਕ ਹੈ ਜੀ ਤਾਂ ਇਹ ਆਪਣਾ ਜਿਹੜਾ ਮਨੁੱਖ ਦਾ ਢਾਂਚਾ ਹੈਗਾ ਆਪਣਾ ਸਕੈਲਟਨ ਹੈ ਠੀਕ ਹੈ ਕੰਕਾਲ ਜਿਹੜਾ ਹੈਗਾ ਆਪਣਾ ਇਹ ਸਾਰਾ ਠੀਕ ਹੈ ਤਾਂ ਇਹ ਆਪਾਂ ਨੂੰ ਕੀ ਦਿਖਾ ਰਿਹਾ ਹੈਗਾ ਅਲੱਗ ਅਲੱਗ ਤਰ੍ਹਾਂ ਦੇ ਜੋੜ ਦਿਖਾ ਰਿਹਾ ਵੀ ਆਪਣਾ ਸਰੀਰ ਆ ਜਿਹੜਾ ਕਾਹਦਾ ਬਣਿਆ ਹੈਗਾ ਅੱਡ ਅੱਡ ਹੱਡੀਆਂ ਦੇ ਜੋੜ ਨਾਲ ਬਣਿਆ ਹੋਇਆ ਅਤੇ ਜਿਹੜੇ ਇਹ ਜੋੜ ਨੇ ਇਹ ਆਪਣੇ ਸਰੀਰ ਨੂੰ ਚੱਲਣ 'ਚ ਸਹਾਇਤਾ ਕਰਦੇ ਨੇ ਕਿਹਦੀ ਸਹਾਇਤਾ ਨਾਲ ਚੱਲਦੇ ਆਪਾਂ ਹੱਡੀਆਂ ਦੇ ਜੋੜ ਅਤੇ ਨਾਲ ਮਾਸਪੇਸ਼ੀਆਂ ਦੇ ਨਾਲ ਠੀਕ ਹੈ ਜੀ ਲੱਗ ਗਿਆ ਪਰ ਸਾਰਿਆਂ ਨੂੰ ਠੀਕ ਹੈ ਓਕੇ।